ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਮਨ ਬ੍ਰਿਸਬਨ ਆਸਟ੍ਰੇਲੀਆ ਤੋਂ, ਕਰੰਟਲੀ ਐਮਸੀ ਡਰਾਈਵਰ ਹਾਂ। ਬ੍ਰਿਸਬਨ ਦੇ ਵਿੱਚ ਮੈਂ ਦੇਖਿਆ ਵੀ ਪੰਜਾਬੀ ਵੀਰ ਆਪਣੇ ਜਿਹੜੇ ਨਵੇਂ ਟਰੈਕਿੰਗ 'ਤੇ ਆਉਂਦੇ ਆ ਉਹ ਜ਼ਿਆਦਾਤਰ ਐਲ ਡੌਕ ਦੇ ਰਿਵਰਸਲ ਹੋਣ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਜਾਂ ਕਈ ਵਾਰੀ ਨਵੇਂ ਡੌਕ 'ਤੇ ਜਦੋਂ ਆਪਾਂ ਜਾਂਦੇ ਆਪਾਂ ਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਸ ਚੀਜ਼ ਦੀ। ਅਤੇ ਮੈਂ ਕਾਫੀ ਦਿਨ ਤੋਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਸੀਗੀ ਬਈ ਕੋਈ ਨਾ ਕੋਈ ਵੀਡੀਓ ਅਪਲੋਡ ਬਣਾ ਕੇ ਥੋੜ੍ਹੀ ਜਿਹੀ ਕਿਸੇ ਵੀਰ ਭਾਈ ਦੀ ਹੈਲਪ ਕੀਤੀ ਜਾਵੇ, ਬਈ ਉਹਨਾਂ ਨੂੰ ਹੋ ਸਕਦਾ ਵੀ ਮਦਦ ਮਿਲ ਸਕੇ ਐਲ ਡੌਕ 'ਤੇ ਰਿਵਰਸਿੰਗ ਲਾਉਣ ਮੌਕੇ। ਅਤੇ ਮੈਂ ਇਸ ਵਕਤ ਤੁਹਾਨੂੰ ਦੱਸੂੰਗਾ ਬਈ ਐਲ ਡੌਕ 'ਤੇ ਜਦੋਂ ਰਿਵਰਸਿੰਗ ਲਾਉਣੀ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਉਹ ਤੁਹਾਨੂੰ ਮਦਦਗਾਰ ਸਾਬਿਤ ਹੋ ਸਕਦੀਆਂ ਨੇ। ਜਿਵੇਂ ਐਲ ਡੌਕ ਇਸ ਤਰ੍ਹਾਂ ਦਾ ਹੋ ਸਕਦਾ, ਜਿਵੇਂ ਆਹ ਡੌਕ ਆ ਤੁਹਾਡਾ ਐਲ ਡੌਕ, ਅਤੇ ਤੁਸੀਂ ਇਸ ਜਗ੍ਹਾ 'ਤੇ ਰਿਵਰਸ ਲਾਉਣਾ। ਤੁਹਾਡੀ ਐਂਟਰੈਂਸ ਜਦੋਂ ਤੁਸੀਂ ਕਿਸੇ ਸਾਈਟ ਦੇ ਉੱਤੇ ਐਂਟਰ ਕਰਨਾ, ਸਪੋਜ਼ ਕਰੋ ਜਿਵੇਂ ਗੋਲਡਨ ਸਰਕਲ ਚਲੇ ਗਏ, ਫੋਸਟਸ ਵਾਲਿਆਂ ਦੇ ਚਲੇ ਗਏ, ਹੀਥਵੁੱਡ, ਜਾਂ ਕਿਸੇ ਵੀ ਜਗ੍ਹਾ 'ਤੇ ਜਾਂਦੇ ਤੁਸੀਂ ਇਸ ਤਰ੍ਹਾਂ ਦੇ ਤੁਹਾਨੂੰ ਡੌਕ ਮਿਲਣਗੇ ਇਸ ਤਰ੍ਹਾਂ ਦੇ ਪੈਰਲੋ। ਸਪੋਜ਼ ਕਰੋ ਵੀ ਤੁਸੀਂ ਮੰਨ ਲਓ ਵੀ ਤੁਸੀਂ ਇਹ ਡੌਕ ਦੇ ਉੱਤੇ ਤੁਸੀਂ ਟਰੱਕ ਰਿਵਰਸ ਲਾਉਣਾ, ਤੁਹਾਡੀ ਐਂਟਰੈਂਸ ਤੁਸੀਂ ਇੱਧਰੋਂ ਵੀ ਆ ਸਕਦੇ ਹੋ ਸਕਦਾ, ਕਸਟਮਰ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਕਿਹੋ ਜਿਹੀ ਸਾਈਟ ਬਣਾਈ ਹੋਈ ਹੈ, ਜਾਂ ਤੁਹਾਡਾ ਟਰੱਕ ਇੱਧਰਲੀ ਸਾਈਡ ਨੂੰ ਐਂਟਰ ਕਰ ਸਕਦਾ। ਜੇ ਇੱਧਰਲੀ ਸਾਈਡ ਨੂੰ ਐਂਟਰ ਕਰਦਾ ਟਰੱਕ ਤੁਹਾਡੇ ਡੌਕ ਵੱਲ ਨੂੰ, ਫਿਰ ਤਾਂ ਬਲਾਈਂਡ ਸਪੋਟ ਤੋਂ ਬਾਹਰ। ਤੁਸੀਂ ਜੇ ਤੁਸੀਂ ਇੱਧਰਲੇ ਪਾਸਿਓਂ ਆ ਰਹੇ ਹੋ, ਬਲਾਈਂਡ ਸਪੋਟ 'ਤੇ ਬੀ ਡਬਲ ਨੂੰ ਰਿਵਰਸ ਕਰਨਾ ਕਾਫੀ ਜ਼ਿਆਦਾ ਔਖਾ ਹੁੰਦਾ, ਕੋਸ਼ਿਸ਼ ਕਰੋ ਜੇ ਤੁਸੀਂ ਇੱਧਰਲੀ ਸਾਈਡੋਂ ਆ ਰਹੇ ਹੋ ਤਾਂ ਇਹਨੂੰ ਇਸ ਤਰ੍ਹਾਂ ਜਾ ਕੇ ਯੂ ਟਰਨ ਮਾਰ ਕੇ ਆਪਦੇ ਵਾਲੀ ਸਾਈਡ ਟਰੱਕ ਨੂੰ ਲੈ ਆਓ। ਅਤੇ ਦੂਜੀ ਗੱਲ, ਜੇ ਤੁਸੀਂ ਉਸ ਤੋਂ ਬਾਅਦ ਤੁਹਾਡਾ ਟਰੱਕ ਇੱਧਰਲੀ ਸਾਈਡੋਂ ਐਂਟਰ ਹੋ ਰਿਹਾ ਤਾਂ ਇਸ ਡੌਕ 'ਤੇ ਤੁਸੀਂ ਰਿਵਰਸ ਲਾਉਣਾ ਕੀ ਕਰਨਾ, ਆਪਦੇ ਟਰੱਕ ਨੂੰ ਇਸ ਤਰ੍ਹਾਂ, ਆਹ ਤੁਹਾਡਾ ਪ੍ਰਾਈਮ ਮੂਵਰ ਹੋ ਜਾਣਾ, ਆਹ ਤੁਹਾਡਾ ਟ੍ਰੇਲਰ ਏ ਆ ਗਿਆ, ਇਹ ਤੁਹਾਡਾ ਟ੍ਰੇਲਰ ਬੀ ਆ ਗਿਆ, ਟ੍ਰੇਲਰ ਬੀ, ਟ੍ਰੇਲਰ ਏ, ਪ੍ਰਾਈਮ ਮੂਵਰ, ਠੀਕ ਹੈ ਜੀ। ਤੁਸੀਂ ਜਾਣਾ ਉਸ ਡਾਇਰੈਕਸ਼ਨ 'ਚ ਅਤੇ ਰਿਵਰਸ ਲਾਉਣਾ ਇੱਥੇ। ਹੁਣ ਦੂਜੀ ਗੱਲ ਦਾ ਜਿਹੜਾ ਜ਼ਿਆਦਾ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਆ, ਜਿਹੜੀ ਜਿੱਥੋਂ ਤੁਹਾਡੀ ਅਸਲੀ ਰਿਵਰਸਿੰਗ ਦੀ ਚੀਜ਼ ਸਟਾਰਟ ਹੁੰਦੀ ਆ, ਅਤੇ ਉਹ ਕੀ ਕਰਨਾ, ਤੁਸੀਂ ਜਦੋਂ ਆਪਦਾ ਟਰੱਕ ਨੂੰ ਐਸਲੋਡ ਮੂਵ ਕਰ ਲਿਆ, ਤੁਸੀਂ ਆਹ ਡੌਕ ਦੇ ਬਰਾਬਰ ਆ ਜਾਣਾ, ਅਤੇ ਤੁਸੀਂ ਕੀ ਕਰਨਾ, ਇਸ ਤੋਂ ਬਾਅਦ ਆਪਦੇ ਟਰੱਕ ਨੂੰ ਤੁਸੀਂ ਇਹ ਡੌਕ ਦੇ ਬਰਾਬਰ ਲਿਜਾ ਕੇ, ਸਪੋਜ਼ ਕਰੋ ਵੀ ਆਹ ਤੁਹਾਡਾ ਪ੍ਰਾਈਮ ਮੂਵਰ ਆ, ਠੀਕ ਹੈ ਜੀ, ਆਹ ਤੁਹਾਡਾ ਟ੍ਰੇਲਰ ਏ, ਆਹ ਤੁਹਾਡਾ ਟ੍ਰੇਲਰ ਬੀ, ਟ੍ਰੇਲਰ ਏ, ਪ੍ਰਾਈਮ ਮੂਵਰ, ਠੀਕ ਹੈ ਜੀ। ਆਹ ਡੌਕ ਆ ਗਿਆ, ਤੁਹਾਡੇ ਟ੍ਰੇਲਰ ਏ ਦੇ ਜਿਹੜੇ ਪਹਿਲੇ ਐਕਸਲ ਆ ਇਹ, ਟ੍ਰੇਲਰ ਬੀ ਦੇ ਐਕਸਲ ਇਹ, ਆਹ ਪ੍ਰਾਈਮ ਮੂਵਰ ਦੇ। ਤੁਸੀਂ ਡੌਕ ਦੇ ਜਦੋਂ ਬਰਾਬਰ ਆ ਗਏ, ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜੀ, ਆਪਦੇ ਪ੍ਰਾਈਮ ਮੂਵਰ ਨੂੰ 90 ਡਿਗਰੀ ਦਾ ਟਰਨ ਦੇਣਾ ਉੱਪਰ ਨੂੰ, ਠੀਕ ਹੈ ਜੀ, 90 ਡਿਗਰੀ ਦੇ ਉੱਪਰ ਨੂੰ ਟਰਨ ਦੇਤਾ। ਉਦੋਂ ਬਾਅਦ ਜਿਹੜੀ ਤੁਹਾਡੀ ਪੋਜੀਸ਼ਨ ਬਣੂਗੀ ਪ੍ਰਾਈਮ ਮੂਵਰ ਦੀ, ਪੂਰਾ ਫੁੱਲ 90 ਡਿਗਰੀ ਦਾ ਫੁੱਲ ਪ੍ਰਾਈਮ ਮੂਵਰ ਨੂੰ ਉੱਪਰਲੀ ਸਾਈਡ ਨੂੰ ਮੋੜ ਦੇਣਾ, ਉਸ ਤੋਂ ਬਾਅਦ ਤੁਹਾਡੀ ਪ੍ਰਾਈਮ ਮੂਵਰ ਦੀ ਪੋਜੀਸ਼ਨ ਬਣ ਜਾਣੀ ਹੈ ਇਹ, ਇੱਕ ਟ੍ਰੇਲਰ ਬੀ, ਟ੍ਰੇਲਰ ਏ, ਠੀਕ ਹੈ ਜੀ। ਇਸ ਤਰ੍ਹਾਂ ਦੀ ਪੋਜੀਸ਼ਨ ਚਲੀ ਗਈ, ਇਹਨੂੰ ਮੂਵ ਕਰੀ ਜਾਣ ਕਰੀ ਜਾਣ ਕਰੀ ਜਾਣ। ਇਸ ਤੋਂ ਬਾਅਦ ਜਦੋਂ ਤੁਹਾਨੂੰ ਲੱਗ ਗਿਆ ਤੁਹਾਡਾ ਏ ਟ੍ਰੇਲਰ ਆ ਤੁਹਾਡੇ ਪ੍ਰਾਈਮ ਓਵਰ ਦੇ ਨਾਲ ਪਿੱਛੇ ਥੋੜ੍ਹਾ ਜਿਹਾ ਸਿੱਧਾ ਹੋ ਗਿਆ, ਦੁਬਾਰੇ ਫਿਰ ਤੁਸੀਂ 90 ਡਿਗਰੀ ਦਾ ਟਰਨ ਮਾਰ ਦੇਣਾ ਇਹਨੂੰ ਰਾਈਟ ਹੈਂਡ ਸਾਈਡ ਨੂੰ। ਯਾਦ ਰੱਖਣ ਵਾਲੀ ਗੱਲ ਆ, ਏ ਟ੍ਰੇਲਰ ਦੇ ਐਕਸਲ ਜਦੋਂ ਡੌਕ ਦੇ ਬਰਾਬਰ ਆ ਗਏ, ਉਸ ਤੋਂ ਬਾਅਦ 90 ਡਿਗਰੀ ਦਾ ਟਰਨ ਲੈਫਟ ਨੂੰ, ਜਦੋਂ ਤੁਹਾਡਾ ਪ੍ਰਾਈਮ ਏ ਟ੍ਰੇਲਰ ਪ੍ਰਾਈਮ ਓਵਰ ਦੇ ਥੋੜ੍ਹਾ ਜਿਹਾ ਪਿੱਛੇ 'ਚ ਆ ਗਿਆ, 90 ਡਿਗਰੀ ਦਾ ਟਰਨ ਰਾਈਟ ਨੂੰ ਇਸ ਤਰ੍ਹਾਂ ਮਾਰਨਾ। ਉਸ ਤੋਂ ਬਾਅਦ ਜਿਹੜੀ ਤੁਹਾਡੀ ਪੋਜੀਸ਼ਨ ਬਣੂਗੀ ਉਹ ਹੋ ਗਈ ਤੁਹਾਡੀ ਇਸ ਤਰ੍ਹਾਂ, ਤੁਹਾਡਾ ਪ੍ਰਾਈਮ ਓਵਰ ਇੱਥੇ ਚਲਾ ਜਾਊਗਾ, ਟ੍ਰੇਲਰ ਏ ਤੁਹਾਡਾ ਇੱਥੇ ਆਊਗਾ, ਅਤੇ ਟ੍ਰੇਲਰ ਬੀ ਤੁਹਾਡਾ ਇਹ ਜਗ੍ਹਾ 'ਤੇ ਜਾਊਗਾ, ਟ੍ਰੇਲਰ ਬੀ, ਟ੍ਰੇਲਰ ਏ, ਪ੍ਰਾਈਮ ਓਵਰ, ਠੀਕ ਹੈ ਜੀ। ਹੁਣ ਯਾਦ ਰੱਖਣ ਵਾਲੀ ਗੱਲ ਕੀ ਹੈ, ਤੁਹਾਡਾ ਡੌਕ ਆ ਇਹ ਫੇਸ ਕਰ ਰਿਹਾ ਉੱਪਰ ਨੂੰ ਇਹ ਜਗ੍ਹਾ ਨੂੰ, ਇਹ ਤੁਹਾਡਾ ਐਂਗਲ ਹੋ ਗਿਆ ਸਿੱਧਾ ਬਿਲਕੁਲ 180 ਡਿਗਰੀ ਦਾ, ਬਟ ਤੁਹਾਡਾ ਟਰੱਕ ਆ ਜਿਹੜਾ ਉਹ ਇਹ ਜਗ੍ਹਾ ਨੂੰ ਫੋਲੋ ਕਰ ਰਿਹਾ। ਮੈਂ ਆਪਦੇ ਜਿੰਨੇ ਵੀ ਬੰਦੇ ਮੇਰੇ ਅੰਡਰ ਕੰਮ ਕਰਕੇ ਗਏ ਆ, ਜਾਂ ਉਹਨਾਂ ਨੂੰ ਜਾਂ ਟ੍ਰੇਨਿੰਗ ਲੈ ਕੇ ਗਿਆ, ਉਹਨਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਜਿੰਨਾ ਹੋ ਸਕੇ ਆਪਦਾ ਟ੍ਰੇਲਰ ਬੀ ਦਾ ਐਂਗਲ ਡੌਕ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋ, ਜਿੰਨਾ ਸਿੱਧਾ ਕਰੋਗੇ ਨੇੜੇ ਰੱਖੋਗੇ ਉਨਾ ਤੁਹਾਡਾ ਰਿਵਰਸਿੰਗ ਸੌਖੀ ਹੋਊਗੀ। ਜਦੋਂ ਇਸ ਪੋਜੀਸ਼ਨ 'ਚ ਆਓਗੇ ਤੁਸੀਂ,
ਉਸ ਤੋਂ ਬਾਅਦ ਕੀ ਕਰਨਾ, ਕੋਸ਼ਿਸ਼ ਕਰੋ ਜਿਹੜਾ ਉਹਦਾ ਪ੍ਰਾਈਮ ਮੂਵਰ ਆ ਉਹ ਏ ਟ੍ਰੇਲਰ ਦੀ ਲਾਈਨ 'ਚ ਰੱਖੋ ਜਦੋਂ ਤੁਸੀਂ ਉਹਨੂੰ ਦੋ ਟਰਨ ਦੇ ਲਏ। ਜੇ ਇਸ ਲਾਈਨ ਦੇ ਵਿੱਚ ਹੋਊਗਾ ਤਾਂ ਜ਼ਿਆਦਾ ਮੱਚ ਹੈਲਪਫੁਲ ਹੋਊਗਾ ਤੁਹਾਡੇ ਵਾਸਤੇ, ਜ਼ਿਆਦਾ ਮਦਦ ਕਰੂਗਾ। ਹੁਣ ਕੀ ਕਰਨਾ, ਹੁਣ ਆਪਣੇ ਪ੍ਰਾਈਮ ਮੂਵਰ ਨੂੰ ਉੱਧਰ ਨੂੰ ਮੋੜਨਾ, ਸਟੇਅਰਿੰਗ ਉੱਧਰ ਨੂੰ ਮੋੜਨਾ ਜਿੱਧਰ ਨੂੰ ਬੀ ਟ੍ਰੇਲਰ ਮੋੜਨਾ। ਹੁਣ ਬੀ ਟ੍ਰੇਲਰ ਨੂੰ ਤੁਸੀਂ ਇੱਧਰ ਨੂੰ ਪਾਸੇ ਨੂੰ ਮੋੜਨਾ, ਪ੍ਰਾਈਮ ਮੂਵਰ ਦਾ ਸਟੇਅਰਿੰਗ ਉੱਧਰ ਨੂੰ ਮੋੜੋਗੇ, ਜਿੱਧਰਲੇ ਪਾਸੇ ਨੂੰ ਬੀ ਟ੍ਰੇਲਰ ਨੂੰ ਮੋੜਨਾ। ਸਪੋਜ਼ ਕਰੋ ਰਾਈਟ ਨੂੰ ਮੋੜਨਾ ਬੀ ਟ੍ਰੇਲਰ ਨੂੰ, ਅਤੇ ਰਾਈਟ ਨੂੰ ਪ੍ਰਾਈਮ ਮੂਵਰ ਦਾ ਸਟੇਅਰਿੰਗ ਮੋੜੋਗੇ ਅਤੇ ਪ੍ਰਾਈਮ ਮੂਵਰ ਉੱਪਰਲੇ ਪਾਸੇ ਨੂੰ ਜਾਊਗਾ, ਪ੍ਰਾਈਮ ਮੂਵਰ ਇਸ ਜਗ੍ਹਾ 'ਤੇ ਨਿਕਲੂਗਾ। ਠੀਕ ਹੈ ਜੀ, ਇਸ ਜਗ੍ਹਾ 'ਤੇ ਜਾਣ ਤੋਂ ਬਾਅਦ ਆਹ ਟ੍ਰੇਲਰ ਨੇ ਮੂਹਰਲਾ ਪਾਸਾ ਇੱਧਰ ਨੂੰ ਨਿਕਲੂਗਾ, ਬੀ ਏ ਟ੍ਰੇਲਰ ਦੀ ਬੈਕ ਸਾਈਡ ਇੱਧਰ ਨੂੰ ਨਿਕਲੂਗੀ, ਅਤੇ ਐਨੇ ਆਪਣੇ ਆਪ ਹੀ ਡੌਕ ਵਾਲੀ ਸਾਈਡ ਨੂੰ ਘੁੰਮ ਜਾਣਾ ਬੀ ਟ੍ਰੇਲਰ ਨੇ। ਉਸ ਤੋਂ ਬਾਅਦ ਸਿਰਫ 5 ਸਕਿੰਟ ਵਾਸਤੇ ਅਪੋਜਿਟ ਟਰਨ ਦੇਣੀ ਹੈ, ਸਿਰਫ 5 ਸਕਿੰਟ ਗਿਣ ਕੇ, ਸਭ ਤੋਂ ਛੋਟਾ ਗੇਅਰ ਜਾਣੀ, ਸਭ ਤੋਂ ਹੌਲੀ ਹੌਲੀ ਜਾਣਾ ਤੁਸੀਂ 5 ਸਕਿੰਟਾਂ ਦਾ ਟਰਨ ਤੋਂ ਬਾਅਦ। ਉਸ ਤੋਂ ਬਾਅਦ ਆਪਦਾ ਪ੍ਰਾਈਮ ਮੂਵਰ ਦੁਬਾਰੇ ਫਿਰ ਘੁੰਮਾ ਕੇ ਉਸੇ ਪੋਜੀਸ਼ਨ 'ਚ ਲਿਆਉਣਾ। ਉਸ ਤੋਂ ਬਾਅਦ ਜਿਹੜੀ ਤੁਹਾਡੀ ਟਰੱਕ ਦੀ ਪੋਜੀਸ਼ਨ ਬਣੂਗੀ ਉਹ ਇਸ ਤਰ੍ਹਾਂ ਹੋਊਗੀ, ਤੁਹਾਡਾ ਤੁਹਾਡਾ ਬੀ ਟ੍ਰੇਲਰ ਇਹ ਜਗ੍ਹਾ 'ਤੇ ਆਜੂਗਾ ਇਸ ਤਰ੍ਹਾਂ, ਏ ਟ੍ਰੇਲਰ ਇਸ ਤਰ੍ਹਾਂ ਆਜੂਗਾ, ਅਤੇ ਪ੍ਰਾਈਮ ਮੂਵਰ ਤੁਹਾਡਾ ਇਸ ਤਰ੍ਹਾਂ ਆਜੂਗਾ। ਹੁਣ ਡੌਗ ਨੂੰ ਤੁਹਾਡਾ ਟ੍ਰੇਲਰ ਬਿਲਕੁਲ ਸਿੱਧਾ ਹੋ ਚੁੱਕਿਆ, ਉਸ ਤੋਂ ਬਾਅਦ ਕੀ ਕਰਨਾ ਤੁਸੀਂ ਪ੍ਰਾਈਮ ਮੂਵਰ ਨੂੰ, ਹੁਣ ਜਿਹੜਾ ਡੌਗ ਨੂੰ ਤਕਰੀਬਨ ਟ੍ਰੇਲਰ ਤੁਹਾਡਾ ਬੀ ਸਿੱਧਾ ਹੋ ਚੁੱਕਿਆ, ਟ੍ਰੇਲਰ ਬੀ ਨੂੰ ਜਿੱਥੇ ਤੁਸੀਂ ਲਿਜਾਣਾ ਚਾਹੁੰਦੇ ਸੀ ਉੱਥੇ ਚਲਿਆ ਗਿਆ, ਹੁਣ ਉਹਦੀ ਹੋ ਗਈ ਸਟੋਰੀ ਖਤਮ। ਉਸ ਤੋਂ ਬਾਅਦ ਰਹਿ ਗਿਆ ਪ੍ਰਾਈਮ ਮੂਵਰ ਅਤੇ ਟ੍ਰੇਲਰ ਏ ਦੀ ਕਹਾਣੀ। ਪ੍ਰਾਈਮ ਮੂਵਰ ਅਤੇ ਟ੍ਰੇਲਰ ਏ ਨੂੰ ਜਿੰਨਾ ਛੇਤੀ ਹੋ ਸਕੇ ਟ੍ਰੇਲਰ ਬੀ ਦੀ ਲਾਈਨ 'ਚ ਲਿਆਓ, ਕਿਉਂਕਿ ਇਹ ਜਿਹੜੇ ਬੰਦੇ ਸੈਮੀ ਚਲਾਉਂਦੇ ਆ ਜਾਂ ਟਰੈਕਟਰ ਟਰਾਲੀ ਚਲਾਉਂਦੇ ਰਹੇ ਉਹਨਾਂ ਵਾਸਤੇ ਬਹੁਤ ਸੌਖਾ ਕੰਮ ਆ। ਆਹ ਦੋਨਾਂ ਨੂੰ ਆਹ ਟ੍ਰੇਲਰ ਏ ਨੂੰ ਬੀ ਦੀ ਲਾਈਨ 'ਚ ਜਦੋਂ ਲਿਆਉਂਗੇ, ਪ੍ਰਾਈਮ ਮੂਵਰ ਨੂੰ ਏ ਦੀ ਲਾਈਨ 'ਚ ਲਿਆਉਂਗੇ, ਉਦੋਂ ਬਾਅਦ ਤੁਹਾਡੀ ਕੰਬੀਨੇਸ਼ਨ ਬਿਲਕੁਲ ਹੀ ਸਿੱਧੀ ਹੋ ਜਾਣੀ ਆ। ਅਤੇ ਇੱਕ ਦੋ ਵਾਰੀ ਜੇ ਤੁਹਾਨੂੰ ਸਿੱਧਾ ਕਰਨਾ ਵੀ ਪੈਂਦਾ ਅਤੇ ਟਰੱਕ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅਤੇ ਇਸ ਤਰ੍ਹਾਂ ਤੁਹਾਡਾ ਟ੍ਰੇਲਰ ਏ, ਇਸ ਤੁਹਾਡਾ ਪ੍ਰਾਈਮ ਮੂਵਰ, ਅੱਗੇ ਲੈ ਜਾਓ ਪਿੱਛੇ ਲੈ ਜਾਓ ਕੋਈ ਚੱਕਰ ਨਹੀਂ ਹੈਗਾ, ਬਟ ਜਿਹੜੀ ਮੇਨ ਮਕਸਦ ਆ ਉਹ ਹੈਗਾ ਤੁਹਾਡਾ ਇਹ, ਬਈ ਤੁਸੀਂ ਜਦੋਂ ਇੱਧਰਲੇ ਪਾਸੇ ਡੌਕ ਤੋਂ ਆਉਣਾ, ਜਦੋਂ ਆਏ ਇਸ ਲੋਕ ਡੌਕ ਤੋਂ ਇਸ ਤਰ੍ਹਾਂ ਆਉਂਦੇ ਆਉਂਦੇ, ਜਦੋਂ ਤੁਹਾਡੇ ਏ ਟ੍ਰੇਲਰ ਦੇ ਐਕਸਲ ਡੌਕ ਦੇ ਇੱਥੇ ਬਰਾਬਰ ਆ ਗਏ, ਇਸ ਜਗ੍ਹਾ 'ਤੇ ਆ ਗਏ, ਉਹਦੇ ਬਾਅਦ 90 ਡਿਗਰੀ ਦਾ ਟਰਨ ਦੇਣਾ ਉੱਪਰ ਨੂੰ। 90 ਡਿਗਰੀ ਦਾ ਟਰਨ ਦੇਣ ਤੋਂ ਬਾਅਦ ਜਦੋਂ ਤੁਹਾਡਾ ਏ ਟ੍ਰੇਲਰ ਮਾੜਾ ਤੁਹਾਡੇ ਪ੍ਰਾਈਮ ਮੂਵਰ ਦੇ ਪਿੱਛੇ ਸਿੱਧਾ ਹੋ ਗਿਆ, ਤੁਸੀਂ ਇਹਨੂੰ ਇੱਧਰ ਨੂੰ ਮੋੜ ਦੇਣਾ। ਇਸ ਤਰ੍ਹਾਂ ਜਾਣ ਤੋਂ ਬਾਅਦ ਤੁਸੀਂ ਇਹ ਪੋਜੀਸ਼ਨ 'ਚ ਨਿਕਲ ਜਾਓਗੇ, ਤੁਹਾਡਾ ਬੀ ਟ੍ਰੇਲਰ ਦਾ ਜਿਹੜਾ ਫੇਸਿੰਗ ਐਂਗਲ ਹੋਊਗਾ ਉਹ ਡੌਕ ਨੂੰ ਸਿੱਧਾ ਹੋਊਗਾ। ਹੁਣ ਇੱਥੇ ਜ਼ਿਆਦਾ ਜਿਹੜੀ ਮੈਂ ਆਪਦੇ ਅੱਖੀ ਜੋ ਆਪਣੇ ਪੰਜਾਬੀ ਭਰਾ ਵੀਰ ਕਰਦੇ ਆ, ਜਿਹੜੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਆ ਉਹ ਹੈਗੀ ਆ ਇਹ, ਉਹ ਇਸ ਤਰ੍ਹਾਂ ਆਉਂਦੇ ਆ ਡੌਕ 'ਤੇ ਆਏ, ਇਸ ਤਰ੍ਹਾਂ ਸਿੱਧਾ ਲਿਜਾਂਦੇ ਆ, ਇਸ ਤਰ੍ਹਾਂ ਸਿੱਧਾ ਲਿਜਾ ਕੇ ਡੌਕ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਵੀ ਇਸ ਤਰ੍ਹਾਂ। ਇਹ 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 ਥੋੜ੍ਹਾ ਜਿਹਾ ਤੁਹਾਨੂੰ ਔਖਾ ਕਰਦੀ ਹੈ, ਉਹਦੇ ਵਿੱਚ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਆਉਂਦੇ ਹੋ, ਠੀਕ ਹੈ ਜੀ, ਹੁਣ ਤੁਸੀਂ ਇਹਨੂੰ ਉੱਪਰ ਨੂੰ ਮੋੜਤਾ, ਉੱਪਰ ਨੂੰ ਮੋੜਨ ਤੋਂ ਬਾਅਦ ਇਹ ਤੋਂ ਬਾਅਦ ਤੁਹਾਡੇ ਟਰੱਕ ਦੀ ਪੋਜੀਸ਼ਨ ਕੀ ਬਣਦੀ ਆ, ਜਿਹੜੀ ਜਿੱਥੇ ਤੁਸੀਂ ਜ਼ਿਆਦਾ ਪ੍ਰੋਬਲਮ ਫੇਸ ਕਰਦੇ ਆ, ਤੁਹਾਡਾ ਬੀ ਟ੍ਰੇਲਰ ਆ ਜਿਹੜਾ ਉਹ ਇਹ ਪੋਜੀਸ਼ਨ 'ਚ ਚਲੇ ਜਾਂਦਾ, ਠੀਕ ਹੈ ਜੀ। ਪ੍ਰਾਈਮ ਮੂਵਰ, ਟ੍ਰੇਲਰ ਏ, ਟ੍ਰੇਲਰ ਬੀ। ਹੁਣ ਤੁਸੀਂ ਮੈਨੂੰ ਇਹ ਦੱਸੋ ਜੇ ਤੁਹਾਡੀ ਪੋਜੀਸ਼ਨ ਹੀ ਇਸ ਤਰ੍ਹਾਂ ਦੀ ਹੋਊਗੀ, ਤੁਸੀਂ ਇਹ ਡੌਕ 'ਚ ਕਿਵੇਂ ਰਿਵਰਸ ਲਾਉਂਗੇ, ਕਿਵੇਂ ਐਂਗਲ ਤੁਹਾਡਾ ਡੌਕ ਦਾ ਉਸ ਤਰ੍ਹਾਂ ਨੂੰ ਫੇਸ ਕਰ ਰਿਹਾ ਜਿੱਥੇ ਤੁਸੀਂ ਰਿਵਰਸ ਲਾਉਣਾ, ਤੁਹਾਡਾ ਬੀ ਟ੍ਰੇਲਰ ਫੇਸ ਕਰ ਰਿਹਾ ਬੈਕ ਸਾਈਡ 'ਤੇ। ਹੁਣ ਜਾਂ ਤਾਂ ਇੱਥੋਂ ਪੂਰਾ ਪ੍ਰਾਈਮ ਮੂਵਰ ਨੂੰ ਪੂਰਾ ਮੋੜੋਗੇ, ਉਸ ਵਕਤ ਇਹ ਤੁਹਾਡਾ ਲੱਗ ਸਕਦਾ, ਪਰ ਲੱਗਣਾ ਬਹੁਤ ਔਖਾ ਉਸ ਵਕਤ, ਕਿਉਂਕਿ ਇਹ ਐਲ ਡੌਕ ਤਕਰੀਬਨ ਉਦੋਂ ਹੀ ਬਣਦੇ ਹੁੰਦੇ ਆ ਜਦੋਂ ਆਪਣੇ ਅਗਲੇ ਪਾਸੇ ਜਗ੍ਹਾ ਘੱਟ ਹੋਵੇ। ਜਿਵੇਂ ਤੁਸੀਂ ਆਰਨੋਟਸ ਕਈ ਵਾਰੀ ਬ੍ਰਿਸਬੇਨ ਆਰਨੋਟਸ ਵਰਜੀਨੀਆ ਜਾ ਕੇ ਦੇਖਿਓ, ਉਹਨਾਂ ਦੇ ਇੱਥੇ ਅੱਗੇ ਟ੍ਰੇਲਰ ਪਾਰਕ ਕੀਤੇ ਹੁੰਦੇ ਆ, ਪਿਛਲੇ ਪਾਸੇ ਜਿਹੜੇ ਡੌਕ ਆਉਂਦੇ ਉੱਥੇ ਜਗ੍ਹਾ ਬਹੁਤ ਘੱਟ ਹੁੰਦੀ ਹੈ। ਇਸ ਤਰ੍ਹਾਂ ਦੇ ਐਂਗਲ ਨਾਲ ਨਹੀਂ ਲਾਉਣਾ, ਹੋ ਸਕਦਾ ਵੀ ਬੰਦੇ ਲਾ ਸਕਦੇ ਹੋਣ, ਬਟ ਜ਼ਿਆਦਾ ਸਟਰਗਲਿੰਗ ਹੁੰਦਾ, ਨਵੇਂ ਬੰਦਿਆਂ ਵਾਸਤੇ ਮੱਚ ਹੈਲਪਫੁਲ ਆ ਜੇ ਤੁਸੀਂ ਐਸ ਬਿਲਡ ਕਰੋ। ਮੈਨੂੰ ਆਪਦੀ ਦੇਸ਼ੀ ਭਾਸ਼ਾ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਵੀ ਐਸ ਬਿਲਡ ਕਰਨੀ ਜ਼ਰੂਰੀ ਆ, ਉਹ ਕਿਵੇਂ ਕਰਨੀ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ। ਇਸ ਤਰ੍ਹਾਂ ਆਉਣਾ ਜਦੋਂ ਟ੍ਰੇਲਰ ਏ ਦੇ ਐਕਸਲ ਤੁਹਾਡੇ ਬਰਾਬਰ ਆ ਗਏ ਡੌਕ ਦੇ, ਇੱਕ ਟਰਨ 90 ਡਿਗਰੀ ਦਾ ਲੈਫਟ ਨੂੰ ਇਮੀਡੀਏਟਲੀ, ਉਦੋਂ ਬਾਅਦ ਏ ਟ੍ਰੇਲਰ ਮਾੜਾ ਤੁਹਾਡੇ ਪ੍ਰਾਈਮ ਮੂਵਰ ਦੇ ਸਿੱਧਾ ਹੋਇਆ, ਨਾਲ ਹੀ ਇੱਕ ਟਰਨ ਬੀ 90 ਡਿਗਰੀ ਦਾ ਰਾਈਟ ਹੈਂਡ ਸਾਈਡ ਨੂੰ, ਰਾਈਟ ਹੈਂਡ ਸਾਈਡ ਨੂੰ ਖਿੱਚ ਲੈਣਾ ਟ੍ਰੇਲਰ ਨੂੰ ਜਿੰਨਾ ਤੁਸੀਂ ਲੈ ਕੇ ਜਾਣਾ। ਅਤੇ ਪੋਜੀਸ਼ਨ ਤੁਹਾਡੀ ਟ੍ਰੇਲਰ ਦੀ ਜਦੋਂ ਤੁਸੀਂ ਰਿਵਰਸਿੰਗ ਕਰਨੀ ਆ, ਤੁਹਾਡੀ ਟ੍ਰੇਲਰ ਦੀ ਪੋਜੀਸ਼ਨ
ਇਹ ਜਗ੍ਹਾ ਤੇ ਹੋਣੀ ਜ਼ਰੂਰੀ ਆ, ਇਹ ਜਗ੍ਹਾ ਤੇ। ਠੀਕ ਹੈ ਜੀ, ਪ੍ਰਾਈਮ ਮੂਵਰ, ਟ੍ਰੇਲਰ ਏ, ਟ੍ਰੇਲਰ ਬੀ, ਇਸ ਤਰ੍ਹਾਂ ਦੀ ਪੋਜੀਸ਼ਨ ਹੋਣੀ ਜ਼ਰੂਰੀ ਹੈ। ਹੁਣ ਜਿਹੜੀ ਮੈਂ ਪਹਿਲਾਂ ਤੁਹਾਨੂੰ ਫੋਟੋ ਬਣਾ ਕੇ ਦੱਸੀ ਆ, ਉਹਦੇ ਵਿੱਚ ਟ੍ਰੇਲਰ ਦਾ ਐਂਗਲ ਬਣਦਾ ਸੀ ਇਸ ਤਰ੍ਹਾਂ, ਚਾਹੇ ਉਹ ਇੱਥੇ ਵੀ ਬਣ ਸਕਦਾ। ਠੀਕ ਹੈ ਜੀ, ਇਸ ਤਰ੍ਹਾਂ ਵੀ ਹੋ ਸਕਦਾ। ਹੁਣ ਤੁਸੀਂ ਮੈਨੂੰ ਦੱਸੋ, ਇੱਕ ਟਰੱਕ ਦੀ ਪੋਜੀਸ਼ਨ ਇਸ ਤਰ੍ਹਾਂ ਵਾ, ਇੱਕ ਟਰੱਕ ਦੀ ਪੋਜੀਸ਼ਨ ਇਸ ਤਰ੍ਹਾਂ, ਇਹਨਾਂ ਦੇ ਸਭ ਤੋਂ ਸੌਖਾ ਡੌਕ ਦੇ ਉੱਤੇ ਕਿਹੜਾ ਰਹੇਗਾ? ਓਬੀਅਸਲੀ ਆਹ ਹਾਰਡ ਹੋਊਗਾ, ਆਹ ਸੌਖਾ ਹੋਊਗਾ, ਕਿਉਂਕਿ ਉਹਦਾ ਜਿਹੜਾ ਐਂਗਲ ਆ ਉਹ ਡੌਕ ਨੂੰ ਫੇਸਿੰਗ ਆ, ਇਹਦਾ ਜਿਹੜਾ ਐਂਗਲ ਆ ਉਹ ਉੱਧਰ ਨੂੰ ਫੇਸਿੰਗ ਆ। ਇਹਨੂੰ ਜਿੰਨਾ ਤੁਸੀਂ ਇੱਧਰ ਨੂੰ ਘੁਮਾਉਣ ਦੀ ਕੋਸ਼ਿਸ਼ ਕਰੋਗੇ, ਉਦੋਂ ਬਾਅਦ ਫਿਰ ਉਹ ਵਿੰਗ ਵਾਲੇ ਜ਼ਿਆਦਾ ਪੈਂਦੇ ਤੁਹਾਨੂੰ ਆਪ ਹੀ, ਇਸ ਤਰ੍ਹਾਂ ਦਾ ਐਸ ਜਿੰਨੀ ਬਿਲਡ ਕਰੋਗੇ ਸੌਖੇ ਰਹੋਗੇ, ਔਰ ਡੌਕ ਨੂੰ ਐਂਗਲ ਜਿੰਨਾ ਸਿੱਧਾ ਹੋਊਗਾ ਉਨਾ ਹੀ ਤੁਹਾਡੇ ਵਾਸਤੇ ਮੱਚ ਹੈਲਪ ਕਰੂਗਾ। ਇਹ ਨਵੇਂ ਭਰਾਵਾਂ ਵਾਸਤੇ ਆ, ਜਿਹੜੇ ਪੁਰਾਣੇ ਉਹ ਤਾਂ ਤਕਰੀਬਨ ਲਾਈ ਵੀ ਜਾਂਦੇ ਆ, ਕਿਉਂਕਿ ਮੈਂ ਆਪਦੀ ਅੱਖੀਂ ਦੇਖਿਆ ਵੀ ਨਵੇਂ ਡਰਾਈਵਰ ਆ ਜਿਹੜੇ ਨਹੀਂ ਨਹੀਂ ਪਤਾ ਹੁੰਦਾ, ਪਰ ਲਾਇਸੈਂਸ ਵਾਲਿਆਂ ਨੇ ਹੁੰਦਾ ਵੀ ਲਾਇਸੈਂਸ ਦੇਤਾ ਅਤੇ ਉਦੋਂ ਬਾਅਦ ਉਹਨਾਂ ਦਾ ਕੰਮ ਖਤਮ ਹੋ ਗਿਆ, ਵੀ ਅਸਲੀ ਡਿਊਟੀ ਤਾਂ ਡਰਾਈਵਰ ਦੀ ਉਦੋਂ ਬਾਅਦ 'ਚ ਹੀ ਸਟਾਰਟ ਹੁੰਦੀ ਆ। ਤੁਹਾਨੂੰ ਵੀ ਪਤਾ ਹੀ ਹੈ ਵੀ ਆਪਾਂ ਡੇਲੀ ਨਵੀਆਂ ਸਾਈਟਾਂ 'ਤੇ ਜਾਂਦੇ ਹਾਂ, ਉਦੋਂ ਬਾਅਦ ਆਪਾਂ ਨੂੰ ਕਿੰਨੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ, ਮੈਂ ਆਪਦੇ ਅੱਖੀਂ ਇਹ ਚੀਜ਼ ਦੇਖ ਕੇ ਤੁਹਾਨੂੰ ਦੱਸ ਰਿਹਾ। ਕਾਫੀ ਦਿਲ ਤੋਂ ਦਿਮਾਗ ਦੇ ਵਿੱਚ ਸੀਗੀ ਦਿਨਾਂ ਤੋਂ ਗੱਲ ਇਹ ਵੀ ਯਾਰ ਕੁਛ ਨਾ ਕੁਛ ਬਣਾ ਕੇ ਲੁੱਟ ਯੂਟਿਊਬ 'ਤੇ ਪਾਇਆ ਜਾਵੇ, ਵੀ ਹੋ ਸਕਦਾ ਆਪਣੇ ਭਰਾਵਾਂ ਨੂੰ ਮੱਚ ਉਹਦੀ ਲੋੜ ਹੋਵੇ ਅਤੇ ਉਹ ਮਦਦ ਮਿਲ ਸਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ। ਅਤੇ ਦੂਜੀ ਇੱਕ ਯਾਦ ਰੱਖਣ ਵਾਲੀ ਗੱਲ ਜਿਹੜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਤੁਸੀਂ ਕਿਸੇ ਵੀ ਡੌਕ 'ਤੇ ਰਵਾਜ਼ ਲਾਉਣੀ ਸਟਾਰਟ ਕਰਨੀ ਹੈ, ਉਸ ਵਕਤ ਤੁਹਾਨੂੰ ਟ੍ਰੇਲਰ ਬੀ ਅਤੇ ਆਪਦਾ ਪ੍ਰਾਈਮ ਮੂਵਰ ਜਿੱਥੇ ਤੁਸੀਂ ਬੈਠੇ ਹੋ ਇਸ ਜਗ੍ਹਾ 'ਤੇ ਤੁਹਾਨੂੰ ਡੌਕ, ਠੀਕ ਹੈ ਜੀ, ਡੌਕ ਅਤੇ ਟ੍ਰੇਲਰ ਬੀ, ਇਹ ਤੁਹਾਨੂੰ ਅੱਖਾਂ ਨਾਲ ਉੱਥੋਂ ਦੇਖਦੀ ਹੋਣੀ ਚਾਹੀਦੀ ਹੈ, ਚਾਹੇ ਗਰਦਨ ਬਾਹਰ ਕੱਢ ਕੇ ਦੇਖ ਲਓ, ਚਾਹੇ ਸ਼ੀਸ਼ੇ ਵੱਜਦੀ ਤੁਹਾਨੂੰ ਦੇਖਣੀ ਹੋਣੀ, ਤਾਂ ਕਿ ਜਦੋਂ ਤੁਸੀਂ ਰਿਵਰਸਿੰਗ ਸਟਾਰਟ ਕਰੋ ਉੱਥੋਂ ਜਦੋਂ ਐਂਗਲ ਬਣਾਓ, ਐਸ ਬਣਾਉਣ ਤੋਂ ਬਾਅਦ ਸਟਾਰਟ ਕਰੋ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਦੇ ਪ੍ਰਾਈਮ ਮੂਵਰ ਨੂੰ ਮੈਂ ਕਿੰਨਾ ਕੁ ਮੋੜਨਾ, ਕਿੰਨਾ ਕੁ ਮੈਨੂੰ ਲੋੜ ਹੈਗੀ ਹੈ, ਕਿੰਨਾ ਕੁ ਸਿੱਧਾ ਕਰਨਾ। ਠੀਕ ਹੈ ਜੀ, ਆਪਣਾ ਚੈਨਲ ਆ ਦੋਸਤੋ ਸਕਿੱਲਸ ਜੋਨ, ਨਵਾਂ ਚੈਨਲ ਆ, ਜੇ ਚੰਗੇ ਲੱਗੇ ਵੀਡੀਓ ਤਾਂ ਸ਼ੇਅਰ ਕਰ ਦਿਓ ਹੋਰ ਆਪਣੇ ਪੰਜਾਬੀ ਭਰਾ ਜਿਹੜੇ ਨਵੇਂ ਟਰੈਕਿੰਗ 'ਤੇ ਆਏ ਹੋਏ ਨੇ, ਉਹਨਾਂ ਨੂੰ ਹੋ ਸਕਦਾ ਇਹ ਜ਼ਿਆਦਾ ਮਦਦ ਕਰੇ, ਅਤੇ ਕਿਰਪਾ ਕਰਕੇ ਲਾਈਕ ਜਾਂ ਸ਼ੇਅਰ ਜਾਂ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ। ਧੰਨਵਾਦ।